ਦਰਜਾ ਵਾਲਾ ਸੀਗਾ ਹੀ ਸਿਰ ਤੇ, ਜਵਾਕਾਂ ਦੀ ਟੈਨਸ਼ਨ ਜੀ। ਟੈਨਸ਼ਨ ਵਾਲੀ ਸੀ ਸਿਰ ਤੇ ਉਹਦੇ, ਹਾਂਜੀ ਜਿਹੜਾ ਹੀ ਬੱਚਾ ਮੁੱਕਿਆ ਉਹਦੀ ਵੱਧ ਟੈਨਸ਼ਨ ਸੀ। ਜਿਹੜਾ ਚਾਰ ਭੈਣਾਂ ਨੇ ਜੀ, ਇਕੱਲਾ ਕਮਾਊ ਸੀਗਾ ਜੀ। ਬਲੱਡ ਕੈਂਸਰ ਜੀ ਉਹ ਬਾਅਦ 'ਚ ਹੋਈ ਸੀਗੀ ਬੱਚੇ ਨੂੰ ਜੀ, ਉਹਦਾ ਤਾਂ ਪਤਾ ਨਹੀਂ, ਤਾਂ ਵਿੱਚੀ ਦਾ ਡਾਕਟਰ ਕਹਿੰਦੇ ਵੀ ਦਵਾਈਆਂ ਕਰ ਕੀ ਹੋ ਗਈ ਜੀ। ਤਸਵੀਰਾਂ ਇੱਕ ਐਸੇ ਲਾਚਾਰ ਗਰੀਬ ਪਰਿਵਾਰ ਦੀਆਂ ਨੇ ਜਿੱਥੇ ਪਰਿਵਾਰ ਦੇ ਸਾਰੇ ਜੀਆਂ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੈ ਤੇ ਸਾਰੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ। ਇਹਨਾਂ ਦੇ ਵਿੱਚੋਂ ਇੱਕ ਬੱਚੇ ਦੀ ਕੈਂਸਰ ਦੇ ਨਾਲ ਮੌਤ ਹੋ ਚੁੱਕੀ ਹੈ ਅਤੇ ਪਤੀ ਬੂਟਾ ਸਿੰਘ ਨੇ ਵੀ ਬਿਮਾਰੀ ਕਾਰਨ ਤੇ ਇਲਾਜ ਨਾ ਕਰਵਾਉਣ ਹੱਥੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ। ਹੁਣ ਪਤਨੀ ਤੇ 4 ਸਾਲ ਦਾ ਪੁੱਤ ਕੈਂਸਰ ਦੇ ਨਾਲ ਪੀੜਿਤ ਨੇ ਤੇ ਇਸ ਪਰਿਵਾਰ ਦਾ ਕੋਈ ਵੀ ਸਹਾਰਾ ਨਹੀਂ ਹੈ, ਨਾ ਘਰੇ ਕੋਈ ਕਮਾਉਣ ਵਾਲਾ ਹੈ। ਪਰਿਵਾਰ ਦੇ ਹਾਲਾਤ ਦੇਖ ਕੇ ਤੁਹਾਡਾ ਵੀ ਮਨ ਭਰ ਆਵੇਗਾ। ਸੰਗਰੂਰ ਦੇ ਪਿੰਡ ਦੀਦਾਰਗੜ੍ਹ 'ਚ ਇੱਕੋ ਕੱਚੇ ਕਮਰੇ 'ਚ ਇਹ ਸਾਰਾ ਪਰਿਵਾਰ ਰਹਿੰਦਾ ਹੈ। ਹੁਣ ਇਸ ਘਰ ਦਾ ਗੁਜ਼ਾਰਾ ਚਲਾਉਣ ਵਾਲਾ ਵੀ ਕੋਈ ਨਹੀਂ ਰਿਹਾ, ਜਿਸ ਲਈ ਮਾਂ ਤੇ ਪੁੱਤ ਮਦਦ ਦੀ ਗੁਹਾਰ ਲਗਾ ਰਹੇ ਨੇ। ਸਮਾਜ ਸੇਵੀਆਂ ਤੇ ਸਰਕਾਰਾਂ ਨੂੰ ਅਪੀਲ ਕਰ ਰਹੇ ਨੇ ਕਿ ਉਹਨਾਂ ਦਾ ਵਧੀਆ ਤਰੀਕੇ ਨਾਲ ਇਲਾਜ ਕਰਵਾਇਆ ਜਾਵੇ ਤਾਂ ਜੋ ਉਹ ਵੀ ਆਪਣੀ ਜ਼ਿੰਦਗੀ ਜੀ ਸਕਣ। ਘਰ ਦੀ ਹਾਲਤ ਵੀ ਸੁਧਾਰਨ ਵਾਲੀ ਹੈ, ਜਿਸ ਲਈ ਪਿੰਡ ਵਾਸੀ ਵੀ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕਰ ਰਹੇ ਨੇ। ਸੇਫ ਹਰਪ੍ਰੀਤ ਦੀ ਮੈਰਿਜ ਹੋਈ ਸੀ, 2 ਬੇਟੇ ਆ ਜੀ, 1 ਦੀ ਡੈਥ ਹੋ ਗਈ ਜੀ। ਅੱਛਾ, ਹੁਣ ਤੁਹਾਡੇ ਘਰ ਵਾਲੇ ਦੀ ਵੀ ਡੈਥ ਹੋਈ ਹੈ, ਕੀ ਕਾਰਨ? ਪਤਾ ਨਹੀਂ, ਕਰਜ਼ਾ ਵਾਲਾ ਸੀਗਾ ਹੀ ਸਿਰ ਤੇ, ਜਵਾਕਾਂ ਦੀ ਟੈਨਸ਼ਨ ਜੀ, ਆਪ ਬਿਮਾਰ ਰਹਿੰਦੀ, ਬੱਚੇ ਦਵਾਈ ਜੀ, ਕਬੀਲਦਾਰੀ ਵੱਡੀ ਸੀਗੀ ਜੀ, ਟੈਨਸ਼ਨ ਵਾਲੀ ਸੀ ਸਿਰ ਤੇ ਉਹਦੇ। ਤੁਹਾਡੀ ਦੋਨੋਂ ਟੈਨਸ਼ਨ ਲੈਂਦੇ ਸੀ? ਹਾਂਜੀ, ਜਿਹੜਾ ਹੀ ਬੱਚਾ ਮੁੱਕਿਆ ਉਹਦੀ ਵੱਧ ਟੈਨਸ਼ਨ ਸੀ। ਜਿਹਨੂੰ 4 ਭੈਣਾਂ ਨੇ ਜੀ, ਇਕੱਲਾ ਕਮਾਊ ਸੀਗਾ ਜੀ। ਪਰਿਵਾਰ 'ਚ ਕੌਣ ਕੌਣ? ਪਰਿਵਾਰ 'ਚ ਕੋਈ ਨਹੀਂ ਸੀ, ਬਸ ਜੀ ਆਹੀ ਕੁਛ ਸੀਗੇ ਜੀ, 4 ਭੈਣਾਂ ਨੇ ਉਹਦੇ, ਕੋਈ ਸੱਸ ਮਾਂ ਪਿਓ ਨਹੀਂ ਹੈਗਾ ਸੀ ਜੀ ਉਹਦੇ। ਅੱਛਾ, ਇਹ ਕੈਂਸਰ ਨਾਲ ਉਹਦੀ ਨਾਮੁਰਾਦ ਬਿਮਾਰੀ ਕਿਵੇਂ ਦਸਤਕ ਦਿੱਤਾ ਘਰੇ ਨੇ, ਕਦੋਂ ਤੁਹਾਨੂੰ ਪਤਾ ਲੱਗਿਆ ਕਿਹਨੂੰ ਕਿਹਨੂੰ ਪਰਿਵਾਰ ਦੇ ਵਿੱਚ ਹੈਗਾ? ਕੈਂਸਰ ਤਾਂ ਜੀ ਹੈ ਨਹੀਂ ਸੀ ਕਿਸੇ ਨੂੰ, ਬਲੱਡ ਕੈਂਸਰ ਜੀ ਉਹ ਬਾਅਦ 'ਚ ਹੋਈ ਸੀਗੀ ਬੱਚੇ ਨੂੰ ਜੀ, ਉਹਦਾ ਤਾਂ ਪਤਾ ਨਹੀਂ, ਤਾਂ ਵਿੱਚੀ ਦਾ ਡਾਕਟਰ ਕਹਿੰਦੇ ਵੀ ਦਵਾਈਆਂ ਕਰ ਕੀ ਹੋ ਗਈ ਜੀ, ਪਹਿਲਾਂ ਤਾਂ ਕੋਈ ਪ੍ਰੋਬਲਮ ਨਹੀਂ ਸੀਗੀ ਜੀ ਉਹਨੂੰ। ਹੁਣ ਕਿੰਨੇ ਲੋਕ ਵੱਡੇ ਮੁੰਡੇ ਦੀ ਵੀ ਕੈਂਸਰ ਨਾਲ ਡੈਥ ਹੋਈ ਉਹਦੀ? ਹਾਂਜੀ, ਉਸ ਤੋਂ ਬਾਅਦ ਫਿਰ ਹੋਰ ਘਰ 'ਚ ਕਿਹਨੂੰ ਕਿਹਨੂੰ ਆ? ਮੇਰੀ ਦਵਾਈ ਚੱਲਦੀ ਹੈ ਜੀ ਕੈਂਸਰ। ਹਾਂਜੀ, ਛੋਟੇ ਬੇਟੇ ਨੂੰ ਵੀ? ਹਾਂਜੀ, ਇਹਦੀ ਵੀ ਦਵਾਈ ਚੱਲਦੀ ਹੈ ਚੰਡੀਗੜ੍ਹੋਂ। ਮੇਰੀ ਸੰਗਰੂਰੋਂ ਚੱਲਦੀ ਹੈ ਜੀ। ਕਿਹੜੇ ਹਸਪੀਟਲ 'ਚੋਂ? ਪਰਿਵਾਰ ਬਹੁਤ ਗਰੀਬ ਹੈ, ਕਮਾਉਣ ਵਾਲਾ ਤੁਹਾਡੇ ਘਰੇ ਕੋਈ ਨਹੀਂ ਹੈ, ਤੁਹਾਡੀ ਜਿਹੜੀ ਸੱਸ ਸੀ ਉਹਨਾਂ ਦੀ ਵੀ ਕੈਂਸਰ ਨਾਲ ਡੈਥ ਹੋਈ ਸੀ ਜੀ? ਉਹ ਤਾਂ ਮੈਨੂੰ ਪਤਾ ਨਹੀਂ, ਜਦੋਂ ਮੇਰੇ ਵਿਆਹ ਤੋਂ ਪਹਿਲਾਂ ਜੀ, ਉਹਦਾ ਹੀ ਮੇਰੇ ਵਿਆਹ ਤੋਂ ਪਹਿਲਾਂ ਡੈਥ ਹੋਈ ਹੈ ਜੀ, ਉਹਨਾਂ ਦਾ ਤਾਂ ਮੈਨੂੰ ਪਤਾ ਹੈ।
ਹੁਣ ਤੁਸੀਂ ਕੀ ਮੰਗ ਕਰਦੇ? ਤੁਹਾਡਾ ਇਲਾਜ ਚੰਗੀ ਤਰੀਕੇ ਨਾਲ ਵਧੀਆ ਇਲਾਜ ਹੋਣਾ ਚਾਹੀਦਾ ਫ੍ਰੀ ਤੇ। ਹਾਂਜੀ ਦੱਸੋ ਤੁਸੀਂ। ਵਧੀਆ ਇਲਾਜ ਹੋਣਾ ਚਾਹੀਦਾ ਜੀ, ਤੁਸੀਂ ਆਪ ਹੀ ਸਮਝਦਾਰ ਹੋ ਜੀ, ਗਰੀਬ ਦਾ ਹੱਲ ਕਰੋ ਬਸ, ਹੁਣ ਤਾਂ ਸਾਡੇ ਸਿਰ 'ਤੇ ਕੋਈ ਸਹਾਰਾ ਨਹੀਂ ਹੈਗਾ ਜੀ, ਤੁਸੀਂ ਆਪ ਹੀ ਸਮਝਦਾਰ ਹੋਗੇ। ਹੁਣ ਤਾਂ ਜਿੰਨੀ ਮਦਦ ਚਾਹੀਦੀ ਸੋਤੋਂ ਹੀ ਚਾਹੀਦੀ ਸਾਨੂੰ, ਹੁਣ ਤਾਂ ਮੇਰਾ ਬੰਦਾ ਵੀ ਨਹੀਂ ਹੈਗਾ ਪੂਰੀ ਜੀ। ਬਸ ਜੀ ਇਹਨਾਂ ਦਾ ਜਿੱਦਣ ਦਾ ਮੁੰਡਾ ਹੋਇਆ ਮਾੜਾ ਜਿਹਾ ਸੰਭਲਿਆ ਦੀ ਜੀ, ਉਸੇ ਦਿਨ ਤੋਂ ਵੀ ਜ਼ਿੰਦਗੀ ਦੁੱਖਾਂ 'ਚ ਜਾਂਦੀ ਹੈ ਜੀ। ਪਹਿਲਾਂ ਮਾਤਾ ਪਿਤਾ ਬਿਮਾਰ ਰਹੇ ਜੀ, ਉਸ ਤੋਂ ਬਾਅਦ ਇਹਨੇ ਇੱਕ ਦੋ ਭੈਣਾਂ ਦੇ ਵਿਆਹ ਵੀ ਆਪਦੀ ਉਸੇ ਤੰਗੀ ਦੇ ਵਿੱਚ ਨਾਲੇ ਉਹਨਾਂ ਨੂੰ ਸਾਂਭਿਆ, ਨਾਲੇ ਭੈਣਾਂ ਦਾ ਵਿਆਹ ਵੀ ਕਰਿਆ। ਉਸ ਤੋਂ ਬਾਅਦ ਦੇ ਵਿੱਚ ਇਹਦੀ ਸ਼ਾਦੀ ਹੋਈ, ਉਦੋਂ ਬਾਅਦ ਦੇ ਵਿੱਚ ਆ ਤਿੰਨ ਬੱਚਿਆਂ ਨੂੰ ਇਹਦੇ ਘਰ ਵਾਲੀ ਨੂੰ, ਨਾਲੇ ਦੋਨੇ ਬੱਚਿਆਂ ਨੂੰ ਮਤਲਬ ਕੈਂਸਰ ਹੋ ਗਿਆ। ਇੱਕ ਮੁੰਡੇ ਪਹਿਲਾਂ ਵੀ ਡੈਥ ਹੋ ਗਈ, ਇੱਕ ਦੀ ਡੈਥ ਹੋ ਗਈ ਜੀ। ਹੁਣ ਘਰੇ ਕਮਾਉਣ ਵਾਲਾ ਕੋਈ ਨਹੀਂ ਹੈਗਾ ਜੀ, ਬਸ ਹਾਲਾਤ ਕਿਹੋ ਜਿਹੇ ਨੇ ਘਰ ਦੇ? ਹਾਲਾਤ ਜੀ ਦੇਖਦੇ ਨੇ ਜੀ, ਹੁਣ ਕਲਾਸ ਹੈ ਉਹ ਵੀ ਦੂਜੀ ਹੈ, ਆਹ ਕੰਧਾਂ ਨੇ ਪਿਛਲੇ ਹੀ ਹੈ ਜੀ। ਹੁਣ ਉਹ ਜਿਹੜਾ ਇਹ ਵੀ ਨਹੀਂ ਸਾਂਭਿਆ ਨਹੀਂ ਗਾ, ਬਾਅਦ ਦੇ ਵਿੱਚ ਜਦੋਂ ਤੰਗੀ ਸੀਗੀ ਪਰਿਵਾਰ ਬਿਮਾਰ ਸੀ ਸਾਰਾ, ਕਿੱਥੋਂ ਪਾਉਂਦਾ ਜੀ ਇਹਨੂੰ ਫੀਸ ਮਾਰਦਾ। ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਸੀਗਾ, ਜੋ ਇਹ ਬੂਟਾ ਸਿੰਘ ਜੀ ਸੀਗੇ ਬਹੁਤ ਹੀ ਮਿਹਨਤੀ ਸੀਗੇ, ਮਜ਼ਦੂਰੀ ਕਰਦੇ ਸੀ ਅਤੇ ਪਹਿਲਾਂ ਇਹ ਦੁਕਾਨ 'ਤੇ ਵੀ ਕੰਮ ਕਰਦੇ ਰਹੇ ਅਤੇ ਉਸ ਤੋਂ ਬਾਅਦ ਇੱਥੇ ਦਿਹਾੜੀ ਦੇ ਮਜ਼ਦੂਰੀ ਵੀ ਕਰਦੇ ਰਹੇ। ਪਰ ਜਿਹੜਾ ਇਹਨਾਂ ਦੇ ਦੁੱਖਾਂ ਦਾ ਭਾਰ ਟੁੱਟਿਆ ਹੈਗਾ ਬਿਮਾਰੀ ਦਾ, ਸਮੁੱਚੇ ਪਰਿਵਾਰ ਨੂੰ ਨਾਮ ਰਾਤ ਬਿਮਾਰੀ ਨੇ ਘੇਰ ਲਿਆ। ਉਸ ਟੈਨਸ਼ਨ ਦੇ ਵਿੱਚ ਉਹ ਹਰ ਵਕਤ ਦਿਮਾਗੀ ਪਰੇਸ਼ਾਨੀ ਰਹਿੰਦੀ ਸੀ ਉਹਨੂੰ, ਬਹੁਤ ਹੀ ਹਸਮੁੱਖ ਸੁਭਾਅ ਦਾ ਮਾਲਕ ਸੀ ਉਹ, ਵਧੀਆ ਮੁੰਡਿਆਂ ਦੇ ਨਾਲ ਕਲੱਬ ਦੇ ਵਿੱਚ ਵੀ ਕੰਮ ਕਰਦਾ ਸੀਗਾ। ਪਰ ਆਹ ਅਣਹੋਣੀ ਨੇ ਕੋਈ ਕਿਸੇ ਨੂੰ ਜਾ ਚੇਤੇ ਨਹੀਂ ਸੀ, ਅਤੇ ਪਿਛਲੇ ਦਿਨੀ ਉਹ ਇਹ ਜੋ ਦਰਦਨਾਕ ਘਟਨਾ ਗਈ ਉਹ ਆਪਦੀ ਜੀਵਨ ਲੀਲਾ ਸਮਾਪਤ ਕਰ ਗਿਆ। ਨਾ ਕੀ ਮੰਗ ਕਰਦੇ ਪਿੰਡ ਪੱਧਰ ਦੇ ਉੱਪਰ? ਪਿੰਡ ਪੱਧਰ 'ਤੇ ਅਸੀਂ ਇਹੀ ਮਦਦ ਕਰਦੇ ਹਾਂ ਜੀ, ਤੁਸੀਂ ਇੱਕ ਤਾਂ ਘਰ ਦੀ ਹਾਲਾਤ ਦੇਖੋ ਜੀ, ਕਹਿੰਦਾ ਵੀ ਸਰਕਾਰ ਵੱਲੋਂ ਮੰਗ ਕਰਦੇ ਵੀ ਉਹਨਾਂ ਦੇ ਘਰ ਦੀ ਮੁਰੰਮਤ ਜਾਂ ਨਵਾਂ ਘਰ ਪਵਾ ਕੇ ਦਿੱਤਾ ਜਾਵੇ, ਅਤੇ ਬੱਚਿਆਂ ਦੇ ਇਲਾਜ ਦੇ ਲਈ ਆਰਥਿਕ ਸਹਾਇਤਾ ਦਿੱਤੀ ਜਾਵੇ। ਜੋ ਇਹ ਸਾਡੀ ਲੜਕੀ ਹੈ ਇਸ ਦੀ ਵੀ ਪੈਨਸ਼ਨ ਵਗੈਰਾ ਜਾਂ ਕੋਈ ਸਰਕਾਰੀ ਨੌਕਰੀ ਮਿਲ ਜਾਵੇ ਤਾਂ ਇਹ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ। ਪੈਨਸ਼ਨ ਮਿਲਦੀ ਹੈ ਇਹਨਾਂ ਨੂੰ? ਨਹੀਂ ਪੈਨਸ਼ਨ ਨਹੀਂ ਮਿਲਦੀ ਜੀ। ਹਾਂਜੀ ਹਾਂ। ਪਰਿਵਾਰ ਦੇ ਵਿੱਚ ਕੌਣ ਕੌਣ ਆ ਜੀ? ਪਰਿਵਾਰ ਦੇ ਵਿੱਚ ਦੋ ਬੱਚੇ ਨੇ ਜੀ, ਇਹ ਤਿੰਨੇ ਬੱਚੇ ਨੇ, ਹੋਰ ਕਮਾਉਣ ਵਾਲਾ ਕੋਈ ਰਿਹਾ ਨਹੀਂਗਾ। ਅਤੇ ਇਹੀ ਮੰਗ ਕਰਦਾ ਜੀ ਸਾਰੇ ਪਿੰਡ ਵੱਲੋਂ, ਨਗਰ ਵਾਸੀਆਂ ਵੱਲੋਂ ਵੀ, ਇਹਨਾਂ ਦੀ ਵੱਧ ਤੋਂ ਵੱਧ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਜੋ ਆਪਣੀਆਂ, ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਵੀ ਇਸ ਪਰਿਵਾਰ ਦੇ ਹਾਲਾਤ ਦੇਖਦੇ ਹੋਏ ਇਹਨਾਂ ਦੀ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ। ਸਰਕਾਰ ਨੂੰ ਵੀ ਬੇਨਤੀ ਆ ਕਿ ਇਹਨਾਂ ਨੂੰ ਕੋਈ ਜੋ ਲੜਕੀ ਹੈ ਉਹਨੂੰ ਕੋਈ ਜੋਬ ਦਿੱਤੀ ਜਾਵੇ ਵੀ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ ਅਤੇ ਇਲਾਜ ਕਰਵਾ ਸਕੇ ਬੱਚਿਆਂ ਨੂੰ।